ਇਹ ਦੇਖੋ ਜੀ, ਸਵੇਰੇ ਬਾਰਿਸ਼ ਲੱਗੀ ਸੀ ਅਤੇ ਬਾਰਿਸ਼ ਖਤਮ ਹੋਈ ਹੈ, ਨਾਲ ਸਨੋ ਸ਼ੁਰੂ ਹੋ ਗਈ ਹੈ। ਅੱਲਾ ਦੇ ਰੰਗ, ਯਾਨੀ ਇਕਦਮ ਹੀ ਸਨੋ ਸ਼ੁਰੂ ਹੋ ਗਈ ਹੈ, ਯਾਨੀ ਖਾਸ ਕੌਣ ਨਹੀਂ, ਖਾਸ ਨਹੀਂ ਪੈਣੀ, ਲੇਕਿਨ ਇਹ ਹੈ ਕਿ ਚਲੋ ਇਹ ਰੌਣਕ ਆਪਣੀ ਲਾ ਕੇ ਜਾ ਰਹੀ ਹੈ। ਵੈਦਰ ਇਕਦਮ ਚੇਂਜ ਹੋ ਜਾਂਦਾ। ਇਤਨੀ ਸੋ ਦੱਸੀ ਕੁਝ ਬਾਰਿਸ਼ ਹੀ ਦੱਸੀ, ਬਾਰਿਸ਼ ਤੋਂ ਬਾਅਦ ਸਨੋ ਸ਼ੁਰੂ ਹੋ ਗਈ। ਬਾਹਰ ਵੈਦਰ ਵੀ ਐਡੀ ਸਰਦੀ ਕੋ ਨਹੀਂ, ਕਦੇ ਗਰਮੀ ਕਦੇ ਸਰਦੀ, ਇਸ ਮੌਸਮ ਦੀ ਵਜ੍ਹਾ ਤੋਂ ਲੋਕ ਬਿਮਾਰ ਹੋ ਜਾਂਦੇ ਨੇ, ਪਰ ਅੱਲਾ ਦੇ ਰੰਗ ਨਾ ਹੈ। ਜਿਸ ਤਰ੍ਹਾਂ ਵੀ ਰੱਖਿਆ ਸ਼ੁਕਰ ਅਲਹਮਦੁਲਿਲਾਹ। ਅਸਲਾਮੁ ਅਲੈਕੁਮ ਜੀ, ਉਮੀਦ ਕਰਦਾ ਤੁਹਾਨੂੰ ਸਾਰੇ ਠੀਕ ਠਾਕ ਹੋ। ਮੈਂ ਵੀ ਅੱਲਾ ਦਾ ਸ਼ੁਕਰ ਹੈ ਠੀਕ ਠਾਕ ਹਾਂ। ਤਾਂ ਚੱਲਦੇ ਹਾਂ ਅੱਜ ਦੀ ਵੀਡੀਓ ਨਾਲ। ਅੱਜ ਦੀ ਵੀਡੀਓ ਕੋਈ ਇਸ ਤਰ੍ਹਾਂ ਹੀ ਹੈ ਕਿ ਸਨੋ ਵੀ ਲੱਗੀ ਹੈ ਅਤੇ ਬਾਰਿਸ਼ ਵੀ ਲੱਗੀ ਹੈ, ਸਲੀਟ ਪੈਂਦੀ ਹੈ ਵੀ, ਤੁਹਾਨੂੰ ਦਿਖਾਉਂਦੇ ਹਾਂ ਸਲੀਟ। ਅੱਜ ਬਾਹਰ ਸਲੀਟ ਪੈ ਰਹੀ ਹੈ, ਸਲੀਟ ਜਿਹੜੀ ਹੈ ਜਿੱਥੇ ਦਾਣਾ ਪੈਂਦਾ ਬਾਰਿਸ਼ ਦੇ ਨਾਲ ਮਿਕਸ ਹੁੰਦੀ ਹੈ, ਅਤੇ ਜਿੱਥੇ ਦਾਣਾ ਪੈਂਦਾ ਉੱਥੇ ਜੰਮ ਜਾਂਦਾ। ਪਹਿਲੇ ਸਨੋ ਸ਼ੁਰੂ ਰਹੀ ਹੈ, ਹੁਣ ਸਲੀਟ ਸ਼ੁਰੂ ਹੋ ਗਈ ਹੈ। ਸਨੋ ਤੋਂ ਡਾਢੀ ਹੁੰਦੀ ਹੈ ਸਲੀਟ, ਸਲੀਟ ਦੇ ਵਿੱਚ ਗੱਡੀ ਸਲਿਪ ਹੋਣ ਦਾ ਖਤਰਾ ਹੁੰਦਾ ਹੈ, ਪਤਾ ਕੌਣ ਨਹੀਂ ਲੱਗਦਾ ਵੀ ਰੋਡ 'ਤੇ ਪਈ ਹੈ ਜਾਂ ਕੌਣ ਨਹੀਂ ਪਈ, ਲੇਕਿਨ ਇਹ ਬ੍ਰੇਕ ਮਾਰੋ ਤਾਂ ਗੱਡੀ ਫਿਰ ਜਾਂਦੀ ਹੈ, ਨਜ਼ਰ ਨਹੀਂ ਆਉਂਦੀ। ਸ਼ੀਸ਼ੇ ਦੇ ਉੱਪਰ ਨਾਲ ਬਾਰਿਸ਼ ਹੈ, ਨਾਲ ਚਿੱਟੇ ਚਿੱਟੇ ਦਾਣੇ ਸ਼ੀਸ਼ੇ ਦੇ ਨਜ਼ਰ ਆਉਂਦੇ ਹੋ ਤੁਹਾਨੂੰ। ਨਾਲ ਬਾਰਿਸ਼ ਨਾਲ ਸਲੇਟ, ਮੌਸਮ ਇੱਥੇ ਬਸ ਇਸ ਤਰ੍ਹਾਂ ਹੀ ਹੈ। ਦੋ ਦਿਨ ਸਰਦੀ ਹੋ ਜਾਂਦੀ ਹੈ, ਇੱਕ ਦਿਨ ਗਰਮੀ ਵਿੱਚ ਆਉਂਦੀ ਹੈ, ਫਿਰ ਦੋ ਦਿਨ ਸਰਦੀ ਹੋ ਜਾਂਦੀ ਹੈ, ਉਹਦੇ ਨਾਲ ਕਾਫੀ ਦੁਨੀਆ ਬਿਮਾਰ ਹੁੰਦੀ ਹੈ। ਸ਼ੂਗਰ ਦੀ ਚਿਪ ਪਾਈ ਨਹੀਂ ਹੈ, ਉਹ ਪੈਸਿਆਂ ਦੀ ਖਰੀਦੀ ਹੈ। ਹਾਂ ਜੀ, ਨਿਕਲਣ ਲਏ ਇੱਥੋਂ, ਦਵਾਈਆਂ ਲੈ ਲਈਆਂ ਨਾ, ਦਵਾਈ ਸ਼ੂਗਰ ਵਾਲੀ ਜਿਹੜੀ ਆ ਉਹ ਤਾਂ ਮੁੱਲੇ ਖਰੀਦੀ, ਅਤੇ ਬਾਕੀ ਜਿਹੜੀਆਂ ਉਹ ਸ਼ੂਗਰ
ਘਰੇ ਦਵਾਈ ਜਿਹੜੀ ਆ ਡਾਕਟਰ ਨੇ ਪਾਈ ਕੋਈ ਵਿੱਚ 5 ਵਜੇ ਪਾਉਣ ਗਏ ਅਤੇ ਉਹ ਲਵਾਂ ਗਿਆ ਵਾਪਸੀ ਤੁਹਾਨੂੰ 5 ਵਜੇ ਫਿਰ ਲਾਲ ਪੈ ਮੈਨੂੰ ਰਸਤਾ ਦੇ ਦਿਓ ਕੋਈ ਗੱਲ ਨੀ ਜੇ ਮੈਂ ਹੀ ਰੋਡ ਦਾ ਝਾੜ ਆਇਆ ਤਾਂ ਇਹ ਦੇਖ ਸਲੀਡ ਬਾਹਰ ਪੈ ਰਹੀ ਹੈ ਸਲੀਡ ਜਿਹੜੀ ਹੈ ਬੜੀ ਖਤਰਨਾਕ ਹੁੰਦੀ ਹੈ ਹੁਣ ਮੈਂ ਆਨ ਕੀਤਾ ਤੁਹਾਨੂੰ ਰੋਡ ਦੇ ਇੰਜੋਏ ਕਰਾਉਣ ਵਾਸਤੇ ਰੋਡ ਮੈਪ ਤੱਕੋ ਨਾਲੇ ਅਸੀਂ ਗੱਡੀ ਚਲਾਈਏ ਤੁਹਾਨੂੰ ਰੋਡ ਮੈਪ ਤੱਕੋ ਨਿਊਯਾਰਕ ਦੇ ਰੋਡ ਮੈਪ ਜਿਹੜੇ ਨੇ ਇੱਥੇ ਜ਼ਿਆਦਾ ਜ਼ਿਆਦਾ ਰੋਡ ਮੈਪ ਦੱਸਾਂਗੇ ਜਾਂ ਉਹ ਖਾਣ ਦਾ ਹੋਵੇਗਾ ਤਾਂ ਉਹ ਪ੍ਰੋਗਰਾਮ ਕਰ ਲਿਆ ਤਾਂ ਉਹ ਦੱਸ ਛੱਡਿਆ ਗਰਮੀਆਂ ਆਵਣਗੀਆਂ ਤੁਹਾਨੂੰ ਕੋਈ ਜਾਵਾਂਗੇ ਬਾਹਰ ਨਾਲ ਤੁਹਾਨੂੰ ਦਿਖਾਵਾਂਗੇ ਸਰਦੀਆਂ ਦੇ ਵਿੱਚ ਸਰਦੀ ਦੀ ਵਜ੍ਹਾ ਤੋਂ ਬਰਫਾਂ ਦੀ ਵਜ੍ਹਾ ਤੋਂ ਪੱਤੇ ਝੜ ਜਾਂਦੇ ਨੇ ਦਰਖਤ ਇਉਂ ਮਹਿਸੂਸ ਹੁੰਦਾ ਜੇ ਸੁੱਕੇ ਦਰਖਤ ਨੇ ਹੁੰਦੇ ਹਰੇ ਨੇ ਲੇਕਿਨ ਨਜ਼ਰ ਇਉਂ ਆਉਂਦੇ ਜੇ ਸੁੱਕੇ ਦਰਖਤ ਨੇ ਸਰਕਲ ਪਹੁੰਚ ਆਏ ਹਾਂ ਪਾਰਕਿੰਗ ਦੀ ਤਲਾਸ਼ ਪਾਰਕਿੰਗ ਲੋੜ ਲੱਭਦੇ ਹਾਂ ਪਏ ਜੇ ਅਗਰ ਲੱਭ ਗਈ ਤਾਂ ਗੱਡੀ ਲਾਵਾਂਗੇ ਤਾਂ ਘਰ ਜਾਵਾਂਗੇ ਪਾਰਕਿੰਗ ਦੀ ਤਲਾਸ਼ ਹੈ ਜੀ ਗੱਡੀਆਂ ਲੱਗੀਆਂ ਸਾਰਾ ਪਾਰਕਿੰਗ ਮਿਲੂੰਗੇ ਚਾਂਸ ਪਰ ਨਜ਼ਰ ਆਉਂਦੇ ਨੇ ਅਗਲੇ ਬਲਾਕ 'ਚ ਜੇ ਗੱਡੀ ਕੋਈ ਲੱਗ ਨਾ ਗਈ ਪਹਿਲਾਂ ਸਾਡੇ ਤੋਂ ਲੱਗ ਗਈ ਤਾਂ ਫਿਰ ਅੱਲਾ ਵਾਰਿਸ ਹੋਰ ਤਾਂ ਸਹੀ ਮਿਲ ਗਈ ਨਹੀਂ ਮਿਲ ਗਈ ਪਾਰਕਿੰਗ ਘਰ ਦੇ ਕੋਲ ਮਿਲ ਗਈ ਸਾਨੂੰ ਸਰਦੀ ਵੀ ਹੈ ਬਾਰਿਸ਼ ਵੀ ਹੈ